ਮੈਂ ਭਾਜੀ ਬਸ ਬਸ ਸਾਡੇ ਮੋਗੇ ਸ਼ਾਇਰਾਂ ਵਾਂਗੂ ਤੂੰ ਵੀ ਜਜ਼ਬਾਤਾਂ ਨਾਲ ਖੇਲ ਜਜ਼ਬਾਤ ਬਹੁਤ ਖਤਰਨਾਕ ਜਜ਼ਬਾਤਾਂ ਨਾਲ ਖੇਲ ਜਿਹਦਾ ਇੰਤਜ਼ਾਰ ਹੋਵੇ ਤਾਂ ਉਹਦਾ ਇੰਤਜ਼ਾਰ ਜ਼ਿਆਦਾ ਕਰਨਾ ਪਿਆ, ਹੋਰ ਮਜ਼ਾ ਆਉਂਦਾ ਗੁਲਜ਼ਾਰ ਟਾਈਪ ਫੀਲ ਜਿਹਦਾ ਇੰਤਜ਼ਾਰ ਹੋਵੇ ਔਰ ਇੰਤਜ਼ਾਰ ਕਰਨਾ ਪਏ ਤਾਂ ਉਹਦਾ ਮਜ਼ਾ ਹੋਰ ਹੁੰਦਾ ਹੈ। ਰੋਜ਼ ਸੋਚਤਾ ਹੂੰ ਉਸੇ ਭੁੱਲ ਜਾਊਂਗਾ, ਰੋਜ਼ ਸੋਚਤਾ ਹੂੰ ਉਸੇ ਭੁੱਲ ਜਾਊਂਗਾ, ਰੋਜ਼ ਹੀ ਬਾਤ ਭੁੱਲ ਜਾਤਾ ਹੂੰ। ਹਾਏ ਹਾਏ, ਮੈਨੇ ਉਸਕੀ ਯਾਦ ਮੇਂ ਸਿਗਰਟ ਸੁਲਗਾ ਲੀ, ਹਾਏ ਹਾਏ, ਮੈਨੇ ਉਸਕੀ ਯਾਦ ਮੇਂ ਸਿਗਰਟ ਸੁਲਗਾ ਲੀ, ਕਮਬਖਤ ਸਿਗਰਟ ਕੇ ਧੂਏ ਨੇ ਹੀ ਉਸਕੀ ਤਸਵੀਰ ਬਣਾ ਲੀ। ਹਾਏ ਹਾਏ, ਮੈਂ ਚੀਖਤਾ ਚਲਾਤਾ ਰਹਾ, ਮੇਰੀ ਆਵਾਜ਼ ਕੋ ਤੇਰੀ ਖਾਮੋਸ਼ੀਓ ਨੇ ਹੀ ਦਬਾ ਦੀਆ, ਮੈਂ ਤੇਰੇ ਕਾਬਿਲ ਨਹੀਂ ਹੂੰ, ਮੁਝੇ ਤੇਰੀ ਚੁੱਪ ਨਹੀਂ ਸਮਝਾ ਦੀ। ਤੇਰੇ ਮੇਰੇ ਪਿਆਰ ਦੀਆਂ ਗੱਲਾਂ ਹੋਣ ਯਾਰਾ, ਤੇਰੇ ਮੇਰੇ ਪਿਆਰ ਦੀਆਂ ਗੱਲਾਂ ਹੋਣ ਯਾਰਾ, ਬੈਠੇ ਹੋਣ ਕੋਠਿਓ ਤੋਂ ਡਿਜੇ ਚ ਬਾਰ। ਹਾਏ ਹਾਏ ਹਾਏ, ਮੈਂ ਸਿਗਰਟ ਨਹੀਂ, ਮੈਂ ਸਿਗਰਟ ਨਹੀਂ ਤੇਰੇ ਗਮ ਜਲਾਤਾ। ਔਰ ਇੱਕ ਸਟੱਡੀ ਦੇ ਹਿਸਾਬ ਨਾਲ 90% ਲੇਡੀਜ਼ ਸਿਗਰਟ ਪੀਂਦੀਆਂ, ਨਹੀਂ 10% ਲੇਡੀਜ਼ ਜਿਹੜੀਆਂ ਹੈ ਉਹ ਧੁੱਪਣਾ ਸੜਦੀਆਂ, ਬਾਕੀ 90% ਇੱਕ ਦੂਜੇ ਤੋਂ ਸੜਨ ਡਈ। ਮੈਂ ਭਾਜੀ ਬਸ ਬਸ ਸਾਡੇ ਮੋਗੇ ਸਾਡੇ ਮੋਗੇ, ਤੁਸੀਂ ਰਾਈਟਰ ਹੋ, ਆਓ ਯਾਰ ਇੱਕ। ਹਾਏ ਹਾਏ, ਮੈਂ ਪੰਜਾਬੀ ਆ ਸ਼ਰਾਬੀ ਨਹੀਂ, ਮੈਂ ਸ਼ਾਇਰ ਆ ਤੇਰੇ ਵਾਂਗੂ ਕੀੜਾ ਕਿਤਾਬੀ ਨਹੀਂ। ਓਏ ਹੋਏ ਹੋਏ, ਮੈਂ ਵੀ ਕੀੜਾ ਕਿਤਾਬੀ ਬਣਨਾ ਸੀ, ਕਿਸੇ ਨੂੰ ਸਪਰੇ ਪਾ। ਕਦੀ ਸੱਚੀ ਏਦਾਂ ਹੋਇਆ ਕਿ ਤੁਹਾਡਾ ਗਾਣਾ ਕਿਸੇ ਨੇ ਗਾਤਾ? ਰਾਈਟਰ ਤਾਂ ਗਲਤ ਸੀਗਾ, ਪਰ ਦਿਲਜੀਤ ਦੋਸਾਂਝ ਨੂੰ ਪੁੱਛਣਾ ਚਾਹੀਦਾ ਸੀ ਨਾ ਕਿ ਯੁਵਰਾਜ ਮੈਂ ਗਾਣਾ ਕਰ ਰਿਹਾ। ਇਹ ਤਾਂ ਪਤਾ ਨੀ ਦਿਲਜੀਤ ਦਿਲਜੀਤ ਦੋਸਾਂਝ ਨੂੰ ਕਿਉਂ ਲੋੜ ਪੈ ਗਈ ਯੁਵਰਾਜ ਹੰਸ ਦੇ ਗਾਣੇ ਚੋਰੀ ਕਰਨ ਦੀ? ਕੁਰਸੀ ਨਾਰਾਜ਼ ਹੋਈ ਹੋਈ ਹੈ। ਧਾਰਮਿਕ ਗਏ ਤਾਂ ਉੱਥੇ ਇਹਨਾਂ ਨੇ ਸੋਚਿਆ ਕਿ ਮੈਂ ਕੋਈ ਧਾਰਮਿਕ ਜਾਂ ਗਾਵਾਂ,
ਇਹਨਾਂ ਨੇ ਜਾਂਦੇ ਕਿਹਾ ਕਿ ਤੀਆਂ ਭੈਣਾਂ ਸਭ ਦੀਆਂ ਯਾਰੋ, ਉਦੋਂ ਪਿੱਛੇ ਉਹਨੇ ਕਿਹਾ ਚੱਕ ਲੋ ਪਹਿਚਾਨਾ ਨਹੀਂ ਮੁਕੇਸ਼, ਉਹਨੇ ਬੋਲਤਾ ਇੱਦਾਂ ਤਾਂ ਕਹਾਂ ਸੇ ਬੋਲ ਰਹੇ ਹੋ, ਮੈਂ ਪੰਜਾਬ ਆਇਆ, ਮੈਂ ਤੂੰ ਤੋ ਛੋੜ ਗਈ ਨਾ ਮੁਝਕੋ, ਉਹ ਕਹਿੰਦੀ ਤੂੰ ਛੋੜ ਗਿਆ ਥਾ ਤੁਝੇ ਬੋਲਾਂ ਚੱਲ ਪਈ ਹੈ, ਫਿਰ ਮੈਂ ਕਿਹਾ ਅਬ ਕਹਾਂ ਮਿਲਣਾ ਹੈ, ਤੂੰ ਯੇ ਆਤਾ ਹੈ ਕਵਾਤਰ ਮੇ ਸੁਬਹ ਨਿਕਲ ਜਾਤਾ ਹੈ 7 ਵਜੇ, ਆਠ ਵਜੇ ਰਾਤ ਕੋ ਆਤਾ ਹੈ ਪੀ ਪੂ ਕਰ, ਤੂੰ ਮੁਝੇ ਮਿਲ, ਮੈਂ ਤਾਂ ਬਹੁਤ ਦੇਰ ਸੇ ਮਿਲਣਾ ਚਾਹਤੀ ਹੂੰ, ਹੁਣ ਮੈਨੂੰ ਸਮਝ ਨਾ ਆਵੇ ਲਾਵਾਂਗੇ ਨਾ ਜੀ ਚਲਾ ਤਲਾਕ ਲਓ ਜੀ, ਅਗਲੇ 2 ਦਿਨਾਂ ਬਾਅਦ ਉਹਦੇ ਬੰਦੇ ਦਾ ਫੇਰ ਮੈਨੂੰ ਹੈਲੋ, ਮੈਂ ਕਿਹਾ ਬਣਾਇਆ ਗਿਆ ਬਣਾਇਆ ਗਿਆ, ਮੈਂ ਕਿਹਾ ਨਹੀਂ ਯਾਰ ਉਹ ਨਾ ਉਹਨਾਂ ਨੂੰ ਪਤਾ ਲੱਗਿਆ, ਮੈਨੇ ਕਹਾ ਤਾ ਨਾ ਚਾਲੂ ਹੈ, ਮੈਂ ਕਿਹਾ ਸਾਰਾ ਦਿਨ ਮੈਂ ਦੱਸ ਹੀ ਨਹੀਂ ਸਕਦਾ ਕਿਸ ਲੈਵਲ ਦੀ ਚਾਲੂ ਹੈ, ਬਹੁਤ ਦਿਨ ਦੇ ਓਏ ਯਾਰ, ਚਲੋ ਇੰਨੀ ਦੇਰ ਨੂੰ ਆ ਵੀ ਜਾਊਗੇ ਗੱਲਾਂ ਗੱਲਾਂ ਕਰਦੇ, ਸੋਰੀ ਤੁਹਾਨੂੰ ਥੋੜਾ ਜਿਹਾ ਲੌਂਗ ਡੇ ਕਰਾਤਾ ਤੁਹਾਡਾ, ਵੈਸੇ 9 ਵਜੇ ਚੱਲ ਜਾਂਦੇ ਅਸੀਂ, ਬਈ 5 ਵਜੇ ਚੱਲ ਜਾਂਦਾ ਮੈਂ, ਜਾਂਦਾ ਮੈਂ 9 ਵਜੇ, ਮੈਂ ਗਿਲਟ ਫੀਲ ਕਰਾਇਆ ਗੋਪੀ ਚਾਲੂ ਨੇ ਸ਼ਾਇਰੀ ਸੁਣਾਉਂਦੇ ਕੋਈ, ਆਹੋ ਬਾਜੀ ਨਾਮ ਦੋ ਕੁਛ, ਹਾਂ ਮੈਂ ਮੇਰਾ ਨਹੀਂ ਹੁਆ ਕੈਸੇ ਹੋ ਜਾਊਂਗਾ ਤੇਰਾ, ਖੁਦ ਮੈਂ ਸੇ ਖੁਦ ਕੋ ਢੂੰਢਤਾ ਰਹਾ, ਕੌਣ ਹੂੰ ਮੈਂ ਖੁਦ ਸੇ ਹੀ ਪੁੱਛਤਾ ਰਹਾ, ਅਭੀ ਤੋ ਅੰਧੇਰਾ ਹੈ ਜ਼ਿੰਦਗੀ ਮੈਂ ਨਹੀਂ ਹੁਆ ਸਵੇਰਾ, ਮੈਂ ਮੇਰਾ ਨਹੀਂ ਹੁਆ ਕੈਸੇ ਹੋ ਜਾਊਂਗਾ ਤੇਰਾ, ਭਰੀ ਮਜਲਸ ਮੇ ਮੈਨੇ ਖੁਦ ਕੋ ਅਕੇਲਾ ਛੋੜ ਦੀਆ, ਬਾਹਰ ਸੇ ਨਹੀਂ ਲੇ ਖੁਦ ਕੋ ਅੰਦਰ ਸੇ ਤੋੜ ਦੀਆ, ਤਨਹਾਈਓ ਸੇ ਭਰਾ ਪੜਾ ਥਾ ਦਿਲ ਵੀ ਨਿਚੋੜ ਦੀਆ, ਕਿਸੀ ਕੇ ਵਜੂਦ ਮੇ ਅਕਸ ਮੇਰਾ ਨਾ ਠਹਿਰਾ, ਮੈਂ ਮੇਰਾ ਨਾ ਹੁਆ ਕੈਸੇ ਹੋ ਜਾਊਂਗਾ, ਕੀ ਬਾਤ ਹੈ, ਮਜਲਸ ਤੋਂ ਮੈਨੂੰ ਯਾਦ ਆਇਆ, ਮਜਲਸ ਕੀ ਨਜ਼ਾ ਕੇ ਅਧੀਨ ਹੋ ਗਿਆ, ਮਜਲਸ ਕੀ ਅਦਾ ਕੇ ਅਧੀਨ ਹੋ ਗਿਆ, ਉਹ ਚਾਹਤੀ ਰਹੀ ਮੈਂ ਅਰਫੀਨ ਹੋ ਗਿਆ, ਕੀ ਬਾਤ ਹੈ, ਅਰਫੀਨ ਵੀ ਨਹੀਂ ਹੁੰਦਾ ਕੁਛ, ਮੈਂ ਉਹੀ ਕਿਹਾ, ਮੈਂ ਕਿਹਾ ਮਤਲਬ ਤਾਂ ਦੱਸੋ, ਮੈਂ ਉਹੀ ਕਿਹਾ, ਮੈਂ ਕਿਹਾ ਮਤਲਬ ਮੈਂ ਅਰਫੀਨ ਤਾਂ ਪਹਿਲੇ ਹੋਈ, ਕੀ ਬਾਤ ਹੈ, ਦਿਲ ਰੱਖ ਲਓ, ਨਹੀਂ ਉਰਦੂ ਕੀ ਕਹਿੰਦਾ, ਮੈਂ ਕਿਹਾ ਦਿਲ ਰੱਖ ਲਓ, ਨਹੀਂ ਨਹੀਂ ਉਹ ਐਕਸਪ੍ਰੈਸ਼ਨ, ਹਾਂ ਹਾਂ ਬੇਸਿਕਲੀ ਸ਼ਾਇਰੀ ਇੱਕ ਐਸੀ ਚੀਜ਼ ਹੈ, ਤੁਸੀਂ 2 ਘੰਟੇ ਗਾ ਸਕਦੇ, ਉਸਕੋ ਦੇਖਤੇ ਦੇਖਤੇ ਦਿਨ ਢਲ ਗਿਆ, ਮੈਂ ਚਲਤਾ ਰਹਾ ਸਮੇਂ ਟਲ ਗਿਆ, ਉਸਨੇ ਦੇਖਾ ਨਹੀਂ ਮੁਝਕੋ, ਉਸਨੇ ਦੇਖਾ ਨਹੀਂ ਮੁਝਕੋ, ਮੈਂ ਦੇਖਤਾ ਰਹਿ ਗਿਆ, ਉਹ ਅਪਸਰਾ ਥੀ ਕਿਆ ਚੀਜ਼ ਥੀ ਮੈਂ ਸਮਝਤਾ ਰਹਿ ਗਿਆ, ਦਿਨ ਢਲਤੇ ਹੈ ਢਲਤੇ ਜਾਏਂਗੇ, ਬੋਲੀ ਜੋ ਕੁਛ ਵੀ ਉਸਕੇ ਪਾਸ ਦਿਲ ਹੈ ਤੋ ਸਮਝ ਜਾਏਗਾ, ਸਮਝ ਨਹੀਂ ਸਕਤਾ ਇਨਕੀ ਅਦਾਓਂ ਕੋ, ਮੈਂ ਸ਼ਮਾ ਬਨ ਗਿਆ ਵਾ ਗੁਲਾ ਬਨ ਗਈ, ਗੁਲਾ ਕੇ ਪੀਛੇ ਮੈਨੇ ਦੇਖਾ ਫਿਰ ਕੁਛ ਵੀ ਬੋਲੀ ਕੁਛ ਵੀ ਬੋਲੀ ਕਿਸੇ ਨੇ ਕਿਹਾ ਹੁਣ ਜਿਹੜਾ ਅਰਫੀਨ ਵਾਲਾ ਕਰਦਾ ਇੱਕ ਵਾਰੀ ਅਰਫੀਨ ਵਾਲਾ ਹੋ ਜੇ ਸਰ, ਉਹ ਕੀ ਸੀ ਸ਼ਬਦ ਦੱਸ ਦਿਓ, ਅਰਫੀਨ ਨਹੀਂ ਅਰਫੀਨ ਮਜਲਿਸ, ਰਹਿ ਕੇ ਮੈਂ ਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ, ਰਹਿ ਕੇ ਮੈਂ ਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ, ਉੱਤੋਂ ਉੱਤੋਂ ਹੀ ਨੇ ਮੇਰੇ ਬੰਦੇ ਦਿਲਾਂ ਦੇ ਮੈਂ ਨੰਗ ਵੇਖ ਲਏ, ਚਿਹਰੇ ਦੀ ਰੌਣਕ ਸਟਰਗਲ ਖਾ ਗਿਆ, ਜਿੰਦਾ ਜਿੱਥੇ ਲੱਗਿਆ ਉਹ ਸਾਡੇ ਨਾਲ ਉੱਥੇ ਦਾਲ ਆ ਗਿਆ, ਬਚਦਾ ਜਾਂਦੇ ਆਪਾਂ ਵੀ ਸਜਣਾ ਪਰ ਕੀ ਕਰੀਏ ਇੱਕ ਤਰਫਾ ਪਿਆਰ ਸਾਰੀ ਉਮਰ ਖਾ ਗਿਆ, ਮੋਟੇ ਛੋਟੇ ਕੋਈ ਵੀ ਹਾਂਜੀ, ਇਹ ਚੰਨ ਵੀ ਬੇਸ਼ਕ ਸੋਹਣਾ ਹੈ ਪਰ ਤੇਰੇ ਨਾਲ ਸੋਹਣਾ ਨੀ,
ਇਹ ਚੰਨ ਵੀ ਬੇਸ਼ੱਕ ਸੋਹਣਾ ਏ ਪਰ ਤੇਰੇ ਨਾਲੋਂ ਸੋਹਣਾ ਨਹੀਂ, ਮੇਰਾ ਹੋਣਾ ਵੀ ਕੀ ਹੋਣਾ ਏ ਜੇ ਮੈਂ ਤੇਰੀ ਹੋਣਾ ਨਹੀਂ। ਯੂੰ ਤੋ ਨਜ਼ਾਰੇ ਇਨ ਨਜ਼ਰੋਂ ਨੇ ਬੇਸ਼ੁਮਾਰ ਦੇਖੇ, ਯੂੰ ਤੋ ਨਜ਼ਾਰੇ ਇਨ ਨਜ਼ਰੋਂ ਨੇ ਬੇਸ਼ੁਮਾਰ ਦੇਖੇ ਹੈ, ਉੱਚੀ ਦੁਕਾਨੋਂ ਕੇ ਫੀਕੇ ਪਕਵਾਨ ਦੇਖੇ। ਨਜ਼ਰੋਂ ਕੇ ਨਜ਼ਰੀਏ ਸੇ ਹੀ ਕਹਿ ਰਹਾ ਹੂੰ ਸਾਹਿਲ, ਨਜ਼ਰੋਂ ਕੇ ਨਜ਼ਰੀਏ ਸੇ ਹੀ ਕਹਿ ਰਹਾ ਹੂੰ ਸਾਹਿਲ, ਮੈਨੇ ਫੂਲੋਂ ਸੇ ਚਿਹਰੇ ਵੀ ਪੱਥਰ ਹੋਤੇ ਸਰੇ। ਮਤਲਬ ਜੋ ਤੁਸੀਂ ਦੁਨੀਆਂ ਤੇ ਕਰਨ ਆਏ ਜੋ ਕਰਤਾ ਹੈ, ਇਸ ਤੋਂ ਉੱਪਰ ਕੋਈ ਨੀ, ਹੁਣ ਮਰ ਜਾਓ, ਬਸ ਮਰ ਜਾਓ, ਕਿਸੇ ਤਰ੍ਹਾਂ ਵੀ ਮਰ ਜਾਓ ਪਲੀਜ਼। ਉਹ ਝੂਠੇ ਹੈ ਜ਼ੁਬਾਨ ਕੇ, ਉਹ ਖਾਤੇ ਹੈ ਜ਼ੁਬਾਨ ਕੇ, ਜੋ ਸੱਚਾ ਮੈਂ ਵੀ ਨਹੀਂ, ਉਹ ਝੂਠੇ ਹੈ ਜ਼ਬਾਨ ਕੇ। ਮੈਂ ਇੱਥੇ ਲੱਗੀ ਆ। ਹਾਂਜੀ ਅੱਗੇ ਪਹਿਲੀ ਵਾਰ ਗੋਪੀ ਬਸ ਬੋਲਿਆ। ਆਪਕੀ ਤਸਵੀਰ ਮੇਰੇ ਸੀਨੇ ਮੇ ਐਸੇ ਬਸ ਗਈ ਹੈ ਜੈਸੇ ਬੜੀ ਸੀ ਬੈਂਸ ਦਰਵਾਜ਼ੇ ਮੇ ਫਸ ਗਈ। ਸਾਰੀ ਕਰੋ ਆਨੰਦ, ਤੁਸੀਂ ਵੀ ਆਓ, ਲੈ ਆਓ ਪਟਾਰਾ ਖੋਲ ਰਿਹਾ ਉਧਰ। ਮੁਝੇ ਪੀਤੇ ਪੀਤੇ ਜ਼ਮਾਨਾ ਹੋ ਗਿਆ, ਅਬ ਮੇਰਾ ਘਰ ਹੀ ਮਖਾਨਾ ਹੋ ਗਿਆ, ਦੋਸਤੋਂ ਸੇ ਦੁਸ਼ਮਣੀ, ਦੁਸ਼ਮਣੋਂ ਸੇ ਮੇਰਾ ਜਿਰਾਨਾ ਹੋ ਗਿਆ, ਮੁਝੇ ਪੀਤੇ ਪੀਤੇ ਜ਼ਮਾਨਾ ਹੋ ਗਿਆ, ਔਰ ਸਰਦੀਓਂ ਮੇ ਮੁਝੇ ਨਾ ਆਏ ਹੋਏ ਜ਼ਮਾਨੇ ਤੋਂ ਯਾਦ ਆਈ। ਮੈਂ ਜ਼ਮਾਨੇ ਕੀ ਨਜ਼ਰੋਂ ਸੇ ਬਚਾ ਕਰ ਮਹਿਫੂਜ਼ ਰੱਖਣਾ ਚਾਹਤਾ ਥਾ, ਮੈਂ ਜ਼ਮਾਨੇ ਕੀ ਨਜ਼ਰੋਂ ਸੇ ਬਚਾ ਕਰ ਮਹਿਫੂਜ਼ ਰੱਖਣਾ ਚਾਹਤਾ ਥਾ, ਔਰ ਲੋਕ ਕਹਤੇ ਹੈ ਕਿ ਮੇਰੀ ਸ਼ਾਇਰੀ ਮੇ ਵੀ ਉਸਕੀ ਝਲਕ ਦਿਖਤੀ। ਤੇਰੇ ਇਸ਼ਕ ਮੇ ਯੇ ਦਿਲ ਸਰਕਾਰੀ ਨੌਕਰੀ ਹੋ ਗਿਆ, ਨਾ ਕੁਛ ਕਰਨੇ ਕੋ ਦਿਲ ਕਰਤਾ ਹੈ ਨਾ ਕਿਸੇ ਕੀ ਸੁਣਨੇ ਕੋ ਦਿਲ ਕਰਤਾ। ਤੈਨੂੰ ਤੱਕਿਆ ਤੇ ਆਪਣਾ ਹੀ ਮਨ ਤੱਕਿਆ, ਹਾਏ ਹਾਏ ਹਾਏ, ਜਾਪੇ ਧਰਤੀ ਦਾ ਜਿਵੇਂ ਕਣ ਕਣ ਤੱਕਿਆ। ਵਾਹ ਯਾਰ ਸੋਹਣੀ ਪੰਜਾਬੀ, ਕਿੰਨੀ ਸੋਹਣੀ। ਤੈਨੂੰ ਤੱਕਿਆ ਤੇ ਆਪਣਾ ਹੀ ਮਨ ਤੱਕਿਆ, ਜਿਵੇਂ ਧਰਤੀ ਦਾ ਜਾਪੇ ਕਣ ਕਣ ਤੱਕਿਆ, ਅੱਖ ਦੀ ਉਡੀਕ ਤੂੰ ਮੁਕਾ ਦਿੱਤੀ ਮਾਹੀ, ਓਏ ਰੱਬਾ, ਜਿਵੇਂ ਵੋਟੀਆਂ ਸੁਹਾਗਣਾ ਨੇ ਚੰਨ ਤੱਕਿਆ। ਵਾਹ ਵਾਹ, ਤੂੰ ਤੇ ਤੱਕਣੀ ਨੂੰ ਮੇਰੀ ਸੋਹਣੀ ਕਰ ਦਿੱਤਾ ਸੋਹਣੇ, ਕੁਝ ਤੱਕਿਆ ਤੇ ਤੇਰੇ ਜਿਹੀ ਬਣ ਤੱਕਿਆ, ਤੈਨੂੰ ਯਾਦ ਕੀਤਾ ਏਦਾਂ ਜਿਵੇਂ ਰੱਬ ਨੂੰ ਕਰੀਦਾ, ਸ਼ਾਮ ਤੇ ਸਵੇਰੇ ਸਮਾਂ ਬੰਨ ਤੱਕਿਆ, ਤੂੰ ਹੀ ਨਿਕਲਿਆ ਸੋਹਣਾ ਜਦੋਂ ਗੌਰ ਸੀ ਮੈਂ ਕੀਤਾ, ਤੂੰ ਹੀ ਨਿਕਲਿਆ ਸੋਹਣਾ ਜਦੋਂ ਗੌਰ ਸੀ ਮੈਂ ਕੀਤਾ, ਪਹਿਲੇ ਤੱਕਿਆ ਮੈਂ ਤੈਨੂੰ ਫਿਰ ਚੰਨ ਤੱਕਿਆ। ਜੁੜੇ ਜੁੜੇ ਦਾ ਕਲੋਜ਼ਅਪ ਲੈ ਰਹੇ, ਤੂੰ ਸੀ ਰਾਜਾ ਮੈਂ ਸੀ ਰਾਣੀ, ਸੀਗਾ ਪਾਣੀਆਂ ਦਾ ਦੇਸ਼, ਓਏ ਹੋਏ, ਸੀ ਰਾਜਾ ਮੈਂ ਸੀ ਰਾਣੀ, ਸੀਗਾ ਪਾਣੀਆਂ ਦਾ ਦੇਸ਼।
ਮੈਂ ਸੀ ਸੁਪਨੇ ਚ ਰਾਜ ਭਵਨ ਤੱਕਿਆ ਸੀਗਾ ਯੁੱਗ ਕੋਈ ਹੋਰ ਅਸੀਂ ਦੋਵੇਂ ਸੀ ਫਕੀਰ ਉਦੋਂ ਵੀ ਮੁਹੱਬਤਾਂ ਦਾ ਧਨ ਤੱਕਿਆ ਇਸ ਜਨਮ ਚ ਇਕੱਠੇ ਕੁਝ ਸਾਲ ਹੀ ਨੇ ਹੋਏ ਲੱਗੇ ਸਾਰਾ ਹੀ ਨਜ਼ਾਰਾ ਤੇਰੀ ਬਣ ਤੱਕਿਆ ਲੋਕੀ ਤੱਕਦੇ ਜਿਸਮ ਨਾਲੇ ਗਿਣਦੇ ਨੇ ਮਤਲਬ ਤੂੰ ਤਾਂ ਸੁਣਾਣੀ ਕਿ ਮੁੜ ਕੇ ਨਾ ਕਹੇ ਕਿ ਇੱਕ ਹੀ ਸੁਣਾ ਲੈ ਹਲੇ ਸ਼ਾਮ ਤੱਕ ਹੋਰ ਚੱਲਣਾ ਲੋਕੀ ਤੱਕਦੇ ਜਿਸਮ ਨਾਲੇ ਗਿਣਦੇ ਨੇ ਮੈਂ ਬਸ ਕਰ ਦਿੰਦੀ ਲੋਕੀ ਤੱਕਦੇ ਜਿਸਮ ਨਾਲੇ ਗਿਣਦੇ ਨੇ ਐਬ ਤਾਂ ਸਾਫ਼ ਬਸ ਕੱਲਾ ਮੇਰਾ ਮਨ ਤੱਕਿਆ ਹੁਣ ਯਾਰ ਮੈਂ ਬਣਾਇਆ ਸੁੱਚੇ ਮੋਤੀਆਂ ਤੋਂ ਸੁੱਚਾ ਮੈਨੂੰ ਹੋਇਆ ਅਹਿਸਾਸ ਜਦੋਂ ਚੰਨ ਅੱਛਾ ਹੁਣ ਇੱਕ ਫੀਲਿੰਗ ਦੀ ਬਲੈਂਕਸ ਹੈ ਪਰ ਹਰ ਫੀਲਿੰਗ ਦੀ ਬਲੈਂਕਸ ਇੱਕੇ ਸ਼ਬਦਾਂ ਨੇ ਸਾਰਿਆਂ ਨੇ ਸੋਚਣਾ ਕੀ ਹੈ ਅੱਛਾ ਓਕੇ ਨੱਚਣ ਤੋਂ ਪਹਿਲਾਂ ਡੈਸ਼ ਦੇਵਾਂਗੇ ਸੱਜਣਾ ਨੂੰ ਇੱਕ ਡੈਸ਼ ਦੇਵਾਂਗੇ ਇੱਕ ਸੋਨੇ ਦਾ ਡੈਸ਼ ਦੇਵਾਂਗੇ 121 ਰੁਮਾਲ ਉਹਨੂੰ ਡੈਸ਼ ਵੀ ਦੇਵਾਂਗੇ ਹੁਣ ਹਰੇਕ ਡੈਸ਼ 'ਚ ਇੱਕ ਸ਼ਬਦ ਹੈਗਾ ਦੱਸੋ ਕੀ ਹੌਕਾ ਮੌਕਾ ਕਿੱਦਾਂ ਸੱਜਣਾ ਨੂੰ ਇੱਕ ਮੌਕਾ ਦੇਵਾਂਗੇ ਇੱਕ ਸੋਨੇ ਦਾ ਮੌਕਾ ਦੇਵਾਂਗੇ ਮੌਕਾ ਥੋੜੀ ਲਵੇਗਾ ਮਤਲਬ ਉਸ ਵਰਡ ਸੇ ਸਾਰੇ ਸਾਰੇ ਸੈਂਸ ਵੀ ਬਣਨੇ ਚਾਹੀਏ ਆਲੂ ਕਿੱਦਾਂ ਨੱਚਣ ਤੁਸੀਂ ਸਾਰੇ ਆਲੂ ਬੋਲਣਾ ਨਹੀਂ ਤੁਸੀਂ ਗਾਓ ਅਸੀਂ ਆਲੂ ਨਹੀਂ ਅਸੀਂ ਆਲੂ ਬੋਲਾਂਗੇ ਇਹਨਾਂ ਨੇ ਕਿਹਾ ਤੁਸੀਂ ਗਾਣਾ ਗਾਣਾ ਨੱਚਣ ਤੋਂ ਪਹਿਲਾਂ ਆਲੂ ਦੇਵਾਂਗੇ ਸਭਨਾਂ ਨੂੰ ਆਲੂ ਦੇਵਾਂਗੇ ਇੱਕ ਸੋਨੇ ਦਾ ਆਲੂ ਦੇਵਾਂਗੇ ਇੱਕ ਸੋਨੇ ਦਾ ਆਲੂ ਦੇਵਾਂਗੇ 121 ਆਲੂ 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 ਚਿੱਕੂ ਹੁੰਦਾ ਜਿਹ ਚ ਰੋਟੀਆਂ ਰੱਖੀਆਂ ਰੱਖੀਆਂ ਚਿੱਕੂ ਫੜਾਈ ਚ ਰੋਟੀਆਂ ਰੱਖੀਆਂ ਠੀਕ ਫਿੱਟ ਹੋ ਗਿਆ ਜੋਤੀ ਦੇ ਜੀਜ਼ਾ ਜੀ ਲਈ ਜ਼ੋਰਦਾਰ ਮਿਸ ਜੋਤੀ ਡਾਂਸ ਕਰਨ ਲਈ ਗਾਣਾ ਜਦੋਂ ਮੈਨੂੰ ਪਿਆ ਰਾਈਟਰ ਦਾ ਕੰਮ ਕੀ ਹੁੰਦਾ ਸਾਹਮਣੇ ਵਾਲੀ ਦੀ ਫੀਲਿੰਗ ਚੜਾ ਕੇ ਲਿਖਣਾ ਉਹਦੇ ਇਮੋਸ਼ਨਲ ਨਾਲ ਖੇਡਣਾ ਮੈਂ ਲਾਈਨ ਲਿਖੀ ਸੀ ਸ਼ਾਇਰਾਂ ਵਾਂਗੂ ਤੂੰ ਵੀ ਜਜ਼ਬਾਤਾਂ ਨਾਲ ਖੇਡ ਗਿਆ ਜਜ਼ਬਾਤ ਬਹੁਤ ਜਜ਼ਬਾਤਾਂ ਨਾਲ ਜ਼ਹਿਰ ਜਦਾਈ ਵਾਲਾ ਮੇਰੇ ਰੂਹ ਅੱਛਾ ਜਿੱਥੇ ਬਿੰਦੀ ਲੱਗਣੀ ਤੇ ਜ਼ਹਿਰ ਕਰ ਉੱਤੇ ਜ਼ਹਿਰ ਕਰਤਾ ਜ਼ਹਿਰ ਜ਼ਹਿਰ ਹਾਂ ਇੱਕਦਮ ਸੇ ਵਕਤ ਬਦਲ ਗਿਆ ਜਜ਼ਬਾਤੀਆਂ ਤੋਂ ਆਇਆ ਗੋਪੀ ਤੂੰ ਗਰਮ ਇਹ ਇੰਟਰਵਿਊ ਤੋਂ ਜ਼ਿਆਦਾ ਅੱਛੀ ਚੀਜ਼ ਹੈ ਹਨਾ ਬਹੁਤ ਮਜ਼ੇਦਾਰ ਮੈਂ ਇਹੀ ਸੋਚੇ ਤੁਸੀਂ ਕਰ ਰਹੇ ਹੋ ਇਹ YouTube ਤੇ ਪਾ ਇਦਾਂ ਹੀ ਕਰਨਾ ਭਾਜੀ ਨੂੰ ਪ੍ਰੋਪਰ ਨਾ ਬਿਹਾਈਂਡ ਦਾ ਸੀਨ ਮੁਰਗੇ ਦੇ ਕਿੱਦਾਂ ਕਿਉਂਕਿ ਸਵਾਲ ਹੋਈ ਤੁਸੀਂ ਸਿੰਗਰ ਕਿੱਦਾਂ ਬਣੇ ਹਾਂ ਸੋ ਕੀ ਕਵੇ ਕਿੱਦਾਂ ਲੱਗਾ ਫਿਲਮ ਕਰਨ ਦਾ ਤੁਹਾਡਾ ਕੈਰੈਕਟਰ ਕੀ ਆ ਤੁਸੀਂ ਐਕਚੁਅਲੀ ਮੈਂ ਮਿਹਨਤ ਕਰਨੀ ਪਈ ਇਹਦੇ ਕੌਣ ਕਹੇਗਾ ਨਹੀਂ ਮੈਂ ਮਿਹਨਤ ਨਹੀਂ ਕੀਤੀ ਮੈਂ ਤਾਂ ਕੀ ਕੀਤਾ ਕੋਈ ਕੌਣ ਕਹੇਗਾ ਕੌਣ ਤੁਸੀਂ ਸਿੰਗਰ ਕਿੱਦਾਂ ਬਣੇ ਮੈਂ ਜਾ ਰਿਹਾ ਸੀ ਕਿਸੇ ਨੇ ਹਿੱਟ ਮਾਰੀ ਮੈਂ ਕਿਹਾ ਉਹ ਮਿੰਤ ਸਿੰਗਰ ਬਣੇ ਕੀ ਲੌਜੀਕ ਹੈ ਮੈਂ ਡਾਇਰੈਕਟਰ ਦਾ ਨਾਮ ਨਹੀਂ ਲਵਾਂਗਾ ਮੈਨੂੰ ਰੋਕ ਲਿਆ ਸੀ ਉਹਨੇ ਮੈਨੂੰ ਲੁੱਕ ਦੇਖ ਕੇ ਆਖਿਆ ਸੀ ਕਿ ਮੈਂ ਆਪਣੀ ਮੂਵੀ ਕਰਾਂ ਵੱਡਾ ਡਾਇਰੈਕਟਰ ਸੀ ਮੈਂ ਆਪਣੇ ਕੰਮ ਦਵਾਂ ਜਿੰਨੇ ਜੱਟ ਨੂੰ ਜੁਲੀਅਟ ਵਾਲਾ ਹਿੰਦੀ ਅੱਛਾ ਜੀ
ਹੁੰਦੀ ਅੱਛਾ ਚਮੇਲੀ ਚਮੇਲੀ ਫਿਲਮ ਐਸੀ ਮਧੁਰ ਭੰਡਾਰਕਰ ਸੁਧੀਰ ਮਿਸ਼ਰਾ ਅੱਛਾ ਸੌਰੀ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੋ ਵਾਰੀ ਗੱਲਬਾਤ ਕੀਤੀ ਨਹੀਂ 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 ਮੈਂ ਬਾਜੀ ਪੂਰੀ ਗੱਲ ਸੁਣੋ ਹਾਂਜੀ ਜਨਾਬ ਮੈਂ ਰਾਤ ਨੂੰ ਗੁਰਪੁਰਬ ਤੋਂ ਆ ਰਿਹਾ ਗਲੋਰ ਪਾਇਆ ਮੱਥਾ ਟੇਕ ਕੇ ਗੁਰਦੁਆਰਿਆਂ ਕਹਿੰਦਾ ਐਸੇ ਘੁੰਮ ਰਿਹਾ ਤੁਸੀਂ ਪਤਾ ਨਹੀਂ ਬੋਂਬੇ ਮੈਂ ਗੁਰਦੁਆਰੇ ਗਿਆ ਇੱਥੇ ਕਲੱਬਾਂ 'ਚ ਨਹੀਂ ਜਾ ਰਿਹਾ ਉਸ ਤੋਂ ਬਾਅਦ ਉਹ ਬੰਦੇ ਨਾਲ ਮੈਂ ਕਦੇ ਗੱਲ ਨਹੀਂ ਕੀਤੀ ਮੈਂ ਤੂੰ ਹੋਵੇਗਾ ਡਾਇਰੈਕਟਰ ਆਪਣੇ ਘਰ ਇਹ ਕਹਿੰਦੇ ਬਾਰੇ ਸਦੀਰ ਮਿਸ਼ਰਾ ਉਸ ਤੋਂ ਬਾਅਦ ਨਾ ਹੀ ਆਪਾਂ ਕਦੇ ਮਿਲੇ ਹਾਂ 2012 ਦੀ ਗੱਲ ਹੈ ਜਦੋਂ ਆਉਂਦਾ ਸੀ ਮਨਾ ਕਰ ਦਿੰਦੇ ਸੀ ਮੈਂ ਨਹੀਂ ਮਿਲਣਾ ਯਾਰ ਮੇਰੇ ਦੀ ਗੱਲ ਕੀ ਮਿਰਜ਼ਾਪੁਰ ਵਾਲੀ ਮੀਮ ਬੜੇ ਹਰਾਮੀ ਨਹੀਂ ਠੀਕ ਹੈ ਭਾਜੀ ਜਿੰਨਾ ਦਿਲ ਨਹੀਂ ਮਿਲਿਆ ਉਹਨਾਂ ਲਿਖਿਆ ਭਾਜੀ ਚਾਚਾ ਨੇ ਭਾਜੀ ਜਦੋਂ ਜਿਹੜੀ ਚੀਜ਼ ਮਿਲਣੀ ਹੈ ਨਾ ਉਦੋਂ ਹੀ ਮਿਲਣਾ ਜਿੰਨਾ ਮਰਜ਼ੀ ਭਾਜੀ ਹੁਣ ਤੁਸੀਂ ਭਾਜੀ ਦੇਖ ਲਓ ਸਾਡੀ ਗੱਲ ਹੋ ਰਹੀ 17-18 ਦੀ ਮੈਂ ਗਾਣੇ ਭੇਜੇ ਮੈਂ ਯੁਵਰਾਜ ਭਾਜੀ ਨੇ ਸਾਈਡ ਹੀ ਕਰਨਗੇ ਭੇਜੇ ਭਾਜੀ ਨੂੰ ਗਾਣੇ ਠੀਕ ਹੈ ਮੈਂ ਦੱਸਾਂਗਾ ਫੋਨ ਚੱਕਣਾ ਬੰਦ ਡੈਡੀ ਚ 400 ਫੋਨ ਕੌਣ ਕਰਦਾ ਯਾਰ ਮੈਂ ਤਾਂ ਸਾਰੇ ਸਬੂਤ ਖੜੇ ਕਰਦਾ ਤੇਰੇ ਸਾਹਮਣੇ ਫੋਨ ਕਰਦਾ ਹੁਣ ਹਟ ਗਿਆ ਇਹਨੂੰ ਪਤਾ ਨਾ 2-4 ਵਾਰੀ ਜਦੋਂ ਬਲੌਕ ਹੋਇਆ ਹਟ ਗਿਆ ਸੀਗਾ ਭਾਜੀ ਇੱਥੇ ਸਾਡੇ ਲਿਰਿਕਸਾਂ ਨਾਲ ਕੰਪਰੋਮਾਈਜ਼ ਹੋ ਗਿਆ ਸਾਡੀ ਲਾਈਨ ਹੈ ਰੂਹ ਨਾਲ ਰੂਹ ਮਿਲੀ ਸੀਨੇ ਅਲੱਗ ਤੂੰ ਮਿਲੀ ਸਾਡੇ ਕੰਪੋਜ਼ਰ ਸਾਹਿਬ ਕਹਿੰਦੇ ਸੀਨੇ ਵਿੱਚ ਤੂੰ ਮਿਲੀ ਹੁਣ ਤੁਸੀਂ ਦੱਸੋ ਸੀਨੇ ਵਿੱਚ ਰੱਬ ਮਿਲ ਸਕਦਾ ਜੋ ਸੀਨੇ ਲੱਗੇਗੀ ਤਾਂ ਰੂਹ ਨਾਲ ਰੂਹ ਮਿਲੂਗੀ ਨਾ ਕੰਬਿਆ ਸਰੀਰ ਨਾਲ ਕੰਬੂਗਾ ਕਦੋਂ ਜਦੋਂ ਸੀਨੇ ਲੱਗੇਗੀ ਹੁਣ ਰੂਹ ਚ ਮਿਲਗੀ ਤਾਂ ਉਹ ਕੰਬੂਗਾ ਤੁਹਾਡਾ ਨਹੀਂ ਨਹੀਂ ਮੈਂ ਸਮਝਿਆ ਨੀ ਦੁਬਾਰਾ ਸਮਝਾਇਓ ਕਿੱਦਾਂ ਮਜ਼ਾਕ ਸਾਹਿਬ ਦੇ ਕਹਿਣ ਦਾ ਮਤਲਬ ਇਹ ਸੀਗਾ ਉਹਨਾਂ ਦੀ ਮਨਸ਼ਾ ਇਹ ਸੀਗੀ ਕਿ ਅਸਲ ਲਾਈਨ ਸੀ ਰੂਹ ਨਾਲ ਰੂਹ ਮਿਲੀ ਸੀਨੇ ਲੱਗ ਤੂੰ ਮਿਲੀ ਕੰਪੋਜ਼ਰ ਸਾਹਿਬ ਨੇ ਕਿਹਾ ਨਹੀਂ ਸੀਨੇ ਲੱਗ ਨਹੀਂ ਗਾਉਣਾ ਸੀਨੇ ਵਿੱਚ ਨਹੀਂ ਨਹੀਂ ਪਰ ਲੱਗ ਜਿਆਦਾ ਬੈਸਟ ਆਉਂਦਾ ਉਹ ਕਹਿੰਦਾ ਸਾਡੇ ਕੰਪਰੋਮਾਈਜ਼ ਹੋ ਚੁੱਕਾ ਮੈਂ ਕਹਿੰਦਾ ਸੀ ਨਾ ਰੱਬ ਦਾ ਬੰਦਾ ਮੇਰੀ ਨਾ ਮੈਂ ਭਾਜੀ ਫਿਲਮ ਕੀਤੀ ਮੇਰੀ ਯਾਰ ਕਮੀਨੇ ਮਤਲਬ ਉਹ ਏਦਾਂ ਸੀਗਾ ਕਿ ਨਿੱਕੂ ਭਾਜੀ ਕਰਨ ਕੁੰਦਰਾ ਬੱਤਰਾ ਭਾਜੀ ਹੋਣਾ ਵਾਲੀ ਲਾਸਟ ਜਦੋਂ ਫਿਲਮ ਮਤਲਬ ਆਪਣੇ ਮਨੀਸ਼ ਸ਼ਰਮਾ ਭਾਜੀ ਸ਼ਰਮਾ ਤੇ ਉਹ ਨਾ ਆਡੀਟੋਰੀਅਮ ਚ ਮੈਨੂੰ ਚੱਕ ਲਿਆ ਕਰਨ ਕੁੰਦਰਾ ਨੇ ਨਿੱਕੂ ਨੇ ਬੱਤਰੇ ਦੀ ਵਰਡਿੰਗ ਸੀਗੀ ਪੰਜਾਬ ਨੂੰ ਇੱਕ ਨਵਾਂ ਸਟਾਰ ਮਿਲ ਗਿਆ ਕਿਉਂਕਿ ਉਹ ਫਿਲਮ 'ਚ ਮੇਰਾ ਮੇਨ ਰੋਲ ਮੈਂ ਰਾਈਟਰ ਸੀ ਮੈਂ ਆਪਣੇ ਲਿਖੇ ਸਾਰੇ ਮੈਂ ਜ਼ਿਆਦਾ ਸੀਨ ਆਪਣੇ ਲਿਖ ਲਏ ਅਤੇ ਉਹ ਇੰਨਾ ਕੁ ਵਧੀਆ ਹੋਇਆ ਨਾ ਭਾਜੀ ਉਸ ਤੋਂ ਬਾਅਦ ਸਾਲਾ ਕੋਈ ਆਇਆ ਹੀ ਨਹੀਂ ਇਹ ਹੁੰਦਾ ਮੈਂ ਰਾਤੋਂ ਰਾਤ ਇੱਦਾਂ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਸਵੈਟਰ ਥੋੜ੍ਹਾ ਫਟਿਆ ਸਿੱਟ ਦੇ ਹੁਣ ਫਿਲਮਾਂ ਆਉਣੀਆਂ ਠਾਠਾ ਪੈਸਾ ਭਾਜੀ ਮੈਂ ਸਵੈਟਰ ਸਿੱਟ ਤੇ ਆਪਣੇ ਪੁਰਾਣੀਆਂ ਕੋਟੀਆਂ ਸਿੱਟ ਤੀਆਂ ਉਸ ਤੋਂ ਬਾਅਦ ਫਿਲਮ ਆਈ ਨੀ ਮੈਨੂੰ ਸਾਰੀ ਸਰਦੀ ਬਨੈਣ ਚ ਰਹਿਣਾ ਪਰ ਸੱਚਾਈ ਹੈ ਹੁਣ ਆ ਗਈ ਯੁਵਰਾਜ ਭਾਈ ਦੀ ਅਸੀਂ ਕੀਤਾ ਸ਼ੁਗਲੀ ਨੰਬਰ 1 ਤੇ ਮੈਂ ਨਾ ਇੱਥੇ ਚਲਾ ਗਿਆ ਜੈਕਟ ਲੈਣ ਪਤਾ ਨੀ ਤੁਸੀਂ ਨਾਲ ਸੀ
ਮੈਨੂੰ ਯਾਦ ਨਹੀਂ ਆ ਰਹੀ ਹੋਈ ਗੱਲ ਜਿਹੜਾ ਪੀਪੀਆਰ ਹੈ ਨਾ ਪੀਪੀਆਰ ਤੁਸੀਂ ਕਹਿੰਦੇ ਇਕੱਠੇ ਜਾਣਾ ਸਿਟੀ ਯੂਨੀਵਰਸਿਟੀ ਇਕੱਠੇ ਚੱਲਣਾ ਅਸੀਂ ਨਾ ਸੀਕੇ ਦੇ ਸ਼ੋਰੂਮ ਚਲੇ ਗਏ ਉੱਥੇ ਇੱਕ ਨੀਲੀ ਜੈਕਟ ਮੈਂ ਪਾਈ ਮੈਨੂੰ ਬਹੁਤ ਸੋਹਣੀ ਲੱਗੀ ਭਾਜੀ ਕਹਿੰਦੇ ਲੈ ਲੈ ਤੁਹਾਨੂੰ ਯਾਦ ਆ ਰਹੇ ਪੀ ਪੀ ਆਰ ਜਿਹੜਾ ਬੀ ਐਮ ਸੀ ਚੌਂਕ ਮੈਂ ਸਮਝ ਗਿਆ ਕਹਿੰਦੇ ਲੈ ਲੈ ਬਹੁਤ ਸੋਹਣੀ ਹੁਣ ਮੈਂ ਨਾਲ ਯੁਵਰਾਜ ਹੰਸ ਮੈਂ ਕਹਿ ਵੀ ਨਹੀਂ ਸਕਦਾ ਕਿ ਯਾਰ ਮਹਿੰਗੀ ਹੈ ਤੇ ਮੈਂ ਨਾ ਰੇਟ ਪੜਿਆ ਉੱਥੇ ਟੈਗ ਵੀ ਨਹੀਂ ਸੀਗਾ ਤੇ ਮੈਂ ਨਾ ਤਾਂ ਕਨਫਰਮ ਕਰ ਰਿਹਾ ਮੈਂ ਘੱਟੋ ਘੱਟ 5,000 ਦੀ ਹੈ ਉਹ ਕਹਿੰਦਾ ਨਹੀਂ ਨਹੀਂ ਸਰ ਮੈਨੂੰ ਲੱਗਾ ਕਿ ਸ਼ੁਕਰ ਹੈ 5,000 ਤੋਂ ਥੱਲੇ ਭਾਈ ਨੇ ਜੈਕਟ ਲਈ ਪੈਸੇ ਦਿੱਤੇ ਅਮੀਰ ਬੰਦੇ ਚ ਯਾਰ ਇੱਧਰ ਵੀ ਸੁਣੋ ਤੁਸੀਂ ਮੇਰੀ ਗੱਲ ਮੈਂ ਤਾਂ ਨਾ ਮੈਂ ਹੁਣ ਕਿਹਾ ਕੈਸ਼ ਪਤਾ ਨਹੀਂ ਕਿੰਨਾ ਹੋਗਾ ਮੈਂ ਆਪਣਾ ਕ੍ਰੈਡਿਟ ਕਾਰਡ ਦੇ ਦਿੱਤਾ ਭਾਜੀ ਨੇ 17,500 ਮੈਂ ਅੱਜ ਦੱਸਦਾ ਮੈਂ ਕਈ ਹੋਰ ਬੰਦੇ ਨਾਲ ਆ ਗਏ ਮੈਂ ਫਸ ਗਿਆ ਹੁਣ ਕਹਿ ਨਹੀਂ ਸਕਦਾ ਜਿਹੜਾ ਸਾਰਾ ਕਿੱਦਾਂ ਭੁੱਖਾ ਜਿਹਾ ਲਾਲਚੀ ਤੇ ਮੈਂ ਕ੍ਰੈਡਿਟ ਦਾ 17,500 ਦਾ ਸਵੈਪ ਮੈਂ ਉਹਦੀ EMI ਕਰਾਈ ਉਹਦੀ ਕਿਸ਼ਤਾਂ ਭਰੀ ਆ ਫਿਰ ਮਿਰਚੀ ਮਿਊਜ਼ਿਕ ਅਵਾਰਡ ਚ ਨਾ ਭਾਜੀ ਤੇ ਮੈਂ ਅਸੀਂ ਇਕੱਠੇ ਸੀਗੇ ਇੱਕ ਰੂਮ ਚ ਭਾਜੀ ਮੈਂ ਨਾ 1.5-2 ਲੱਖ ਰੁਪਏ ਦੇ ਮੇਰੇ ਕੱਪੜੇ ਹੋਣੇ ਸ਼ੂਜ਼ ਜੀ ਉਹ ਤੇ ਮੇਰੇ ਉਦੋਂ ਐਕਟ ਵੀ ਸੀ ਸਾਰਾ ਮੇਰਾ ਲਾਸਟ ਐਕਟ ਹੋ ਰਿਹਾ ਕਿ ਬਹੁਤ ਚੰਗਾ ਲੱਗਾ ਜੀ ਤੁਸੀਂ ਆਏ ਜੀ ਸ਼ੇਰਵਾਨੀ ਪਾਈ ਮੈਂ ਵਾਪਸ ਗਿਆ ਉੱਥੇ ਮੇਰਾ ਇੱਕ ਕੱਪੜਾ ਨਹੀਂ ਉਹ ਚੱਕ ਹੀ ਲੈ ਗਿਆ ਮੈਂ ਉਹ ਜੈਕਟ ਤੇ ਮੈਂ ਸ਼ੇਰਵਾਨੀ ਚ ਕਿਹੜਾ ਉਧਰ ਕੋਸਟਿਊਮ ਲਗਾ ਕੱਪੜੇ ਲਾਓ ਕੱਪੜੇ ਮੈਂ ਕਿਹਾ ਥੱਪੜ ਮਾਰੂ ਮੈਂ ਪਾਵਾਂ ਕੀ ਸਾਲਿਆ ਉਹ ਵੀ ਸ਼ੇਰਵਾਨੀ ਏਦਾਂ ਬਸਕੂਏ ਨਾਲ ਸਿੱਤੀ ਹੋਈ ਟੈਂਪਰੇਰੀ ਮੇਰੇ ਕੱਪੜੇ ਪਤਾ ਨੀ ਕਿੱਥੇ ਗਏ ਔਰ ਭਾਜੀ ਪਤਾ ਕਿੱਦਾਂ ਹੋਇਆ ਮਿਰਚੀ ਆਫਿਸ ਮੈਂ ਬੈਠਾ ਥੋੜੇ ਦਿਨ ਪਹਿਲੇ ਨਾ ਮੁਨੀਸ਼ ਸ਼ਰਮਾ ਡਾਇਰੈਕਟਰ ਮੈਨੂੰ ਕਿਸੇ ਪ੍ਰਮੋਸ਼ਨ ਤੇ ਮਿਲਿਆ ਸੀ ਕਹਿੰਦਾ ਤੂੰ ਲਿਖ ਵੀ ਲੈਂਦਾ ਮੈਂ ਕਿਹਾ ਹਾਂ ਮੈਂ ਕਦੇ ਨੀ ਲਿਖਿਆ ਤੇ ਮੈਨੂੰ ਨਾ 35,000 ਰੁਪਇਆ ਚਾਹੀਦਾ ਸੀਗਾ ਇਹ ਸੱਚੀ ਗੱਲ ਹੈ 35,000 ਰੁਪਇਆ ਚਾਹੀਦਾ ਤੇ ਮੈਂ ਕਾਨਫਰੰਸ ਰੂਮ ਚ ਬੈਠਾ ਤੇ ਮੁਨੀਸ਼ ਸ਼ਰਮਾ ਮੇਰੇ ਕੋਲ ਆਇਆ ਕਹਿੰਦਾ ਦੀਪਕ ਤੂੰ ਕਿਹਾ ਸੀ ਨਾ ਏਦਾਂ ਲਿਖ ਲੈਂਦਾ ਮੈਂ ਕਿਹਾ ਹਾਂਜੀ ਹਾਂਜੀ ਭਾਜੀ ਉਹਨੇ ਇੱਕ ਸੀਨ ਦਿੱਤਾ ਕਿ ਲਿਖ ਇੱਦਾਂ ਕਿ ਕੁੜੀ ਛੋਟੇ ਜਿਹੇ ਕੱਪੜੇ ਪਾ ਕੇ ਆਉਂਦੀ ਹੈ ਸੈਕਟਰੀ ਹੁੰਦੀ ਹੈ ਤੇ ਉਹ ਕਹਿੰਦੀ ਪੰਚੀਆ ਬਣਾਇਆ ਕਿ ਤੇਰਾ ਟੀਵੀ ਆ ਸਲਵਾਰ ਸੂਟ ਚ ਉਹ ਕਹਿੰਦੀ ਕਿਉਂ ਕਹਿੰਦੀ ਕਿ ਟੀਵੀ ਦਾ ਕੱਪੜਾ ਤਾਂ ਤੂੰ ਪਾਇਆ ਇੰਨਾ ਕੁ ਤੇ ਉਹਨੂੰ ਬੜਾ ਅੱਛਾ ਲੱਗਾ ਕਹਿੰਦਾ ਯਾਰ ਤੂੰ ਚੱਲ ਮੇਰੇ ਨਾਲ ਹੋਣੀ ਮੈਂ ਮਨ ਚ ਸੋਚ ਰਿਹਾ ਮੈਂ ਕਿਹਾ 35,000 ਦਾ ਜਗਾੜ ਹੋ ਗਿਆ ਮੈਂ 50 ਮੰਗਣਾ ਹਾਂ ਮੈਂ ਕਿਹਾ 35 ਉਹ ਚੀਜ਼ ਕਰੂੰਗਾ ਤਾਂ 15,000 ਦਾ ਮੈਂ ਐਸ਼ ਕਰੂੰਗਾ ਉਹ ਕੀ ਹੋਇਆ ਮੈਂ ਚਲਾ ਗਿਆ ਜੀ ਉਹਨੇ ਪ੍ਰੋਡਿਊਸਰ ਨੇ ਸੀਨ ਦਿੱਤਾ ਮੈਂ ਉਹ ਵੀ ਲਿਖਤਾ ਉਹਨੂੰ ਬਹੁਤ ਵਧੀਆ ਲੱਗਿਆ ਕਹਿੰਦਾ ਡਨ ਕਹਿੰਦਾ ਸਾਡਾ ਬਜਟ ਬਹੁਤ ਘੱਟ ਆ ਮੈਂ ਕਹਿੰਦਾ ਇਹਨੇ 40 ਦੇਣਾ ਹੋਏ ਮੈਂ 50,000 ਜਾਂ 10 ਦੇ ਚੱਕਰ 'ਚ ਸਾਲੀ ਫਿਲਮ ਵੀ ਜਾਏ ਤਾਂ ਪੈਸੇ ਵੀ ਜਾਣ ਮੈਂ ਮੰਨ ਮੈਂ 40 ਤੱਕ ਕਰ ਦੇਣਾ ਮੈਂ ਕਿਹਾ ਭਾਜੀ ਜੇ ਕੰਮ ਕਰਨਾ ਤਾਂ ਫਿਰ ਤਾਂ ਕੋਈ ਚੱਕਰ ਨਹੀਂ ਕਹਿੰਦਾ ਰੇਟ ਬਹੁਤ ਘੱਟ ਹੈ ਮੈਂ ਕਿਹਾ 35 ਦੋ ਸਾਲਾ ਮੈਂ ਨਾ ਭਾਜੀ ਇੱਦਾਂ ਕਹਿ ਨਹੀਂ ਲੱਗਾ ਕਿ ਮੈਂ 35 ਤੋਂ 1 ਰੁਪਇਆ ਘੱਟ ਵੀ ਲੈਣਾ ਕਹਿੰਦਾ 2.5 ਲੱਖ 'ਚ ਡਨ ਕਰੀਏ ਰਿਐਲਿਟੀ ਹੈ ਮੇਰੀ ਫਿਰ ਉਹ ਜਦੋਂ ਮੈਂ ਫਿਲਮ ਲਿਖੀ ਸਾਰੀ ਉਹ ਨਿੱਕੂ ਭਾਜੀ ਇੱਕ ਪ੍ਰੋਡਿਊਸਰ ਲੈ ਗਏ ਕਹਿੰਦੇ ਮੈਂ ਸੁਣਾ ਰਿਹਾ ਕਹਿੰਦੇ ਯਾਰ ਚੰਦੂ ਦਾ ਰੋਲ ਜੇ ਤੂੰ ਕਰੇਗਾ ਮੈਂ ਤਾਂ ਪੈਸਾ ਲਾਣਾ ਏਡੀ ਵੱਡੀ ਗੱਲ ਉਹਦਾ ਫਿਰ ਮੈਂ ਉਦੋਂ ਤੱਕ ਹੋ ਗਿਆ ਸੀ ਪੈਸੇ ਮਿਲਦੇ ਮੈਂ ਐਕਟਿੰਗ 2.5 ਲੱਖ ਹੋਰ ਲੂੰਗਾ ਉਹ ਪਹਿਲੀ ਫਿਲਮ ਸੀ ਜਿਸ 'ਚ ਮੈਨੂੰ ਇੰਨਾ ਮਿਲਿਆ ਹਰ ਮੰਦਿਰ ਚ ਨਾ ਬਚਦਾ ਦੀਪ ਚ ਵੀਰੇ ਦੀਪਕ ਜੀ ਦੀਪਕ ਦੀਪ ਉਜਾਲਾ ਮੈਨੂੰ ਹੁਣ ਵੀ ਟੈਕਸਟ ਆਉਂਦੇ ਤੁਸੀਂ ਮੈਮ ਇਹਨਾਂ ਦਾ ਰੋਲ ਕਰੋ ਕੀ ਅੱਛਾ ਹੋਇਆ ਗਿਆ ਸੀ ਪਤਾ ਕੀ ਹੋਇਆ ਸੀਗਾ ਜਸਰ ਜੀ ਤੇ ਰਣਜੀਤ ਜੀ ਰਣਜੀਤ ਬਾ ਹਾਂ ਮੈਨੂੰ ਨਾ ਰਣਜੀਤ ਬਾਬਾ ਜੀ ਕਾਲ ਕਰਦੇ ਸੀਰੀਅਸ ਹੋ ਕੇ ਬਹੁਤ ਜ਼ਿਆਦਾ ਕਹਿੰਦੇ ਕੀ ਆ ਰਿਤੀ ਤੂੰ ਸ਼ਿਤਿਸ਼ ਪਾਜੀ ਬਾਰੇ ਕੀ ਕਿਹਾ ਕਿ ਉਹਨਾਂ ਨੇ ਕਾਸਟਿੰਗ ਕਾਊਚ ਕੀਤਾ ਏਦਾਂ ਉਦਾਂ
ਫਿਰ ਉਹ ਤੋਂ ਬਾਅਦ ਇੰਨੀ ਵੱਧ ਗਈ ਗੱਲ, ਇੰਨੀ ਉਹ ਵੱਧ ਗਈ ਤੇ ਹੀ ਵਾਸ ਦ ਵਨ ਜਿਹੜੇ ਪੱਤਰਕਾਰ ਬਣੇ ਸੀਗੇ ਤੇ ਮੈਂ ਹੁਣ ਅਦਿਤੀ ਜੀ ਆਪ ਕਿਉਂ ਰੋ ਰਹੇ ਆ, ਆਪ ਇਤਨੇ ਅੱਛੇ ਹੋ, ਕਾਜਲ ਖਰਾਬ ਹੋ ਜਾਏਗਾ, ਰੇਡੀਓ ਮਿਰਚੀ ਸੇ ਬੋਲ ਰਹੇ ਹੋ, ਮਿਰਚੀ ਮੁਰਗਾ ਕਰ ਲਿਆ ਥਾ ਆਪ ਕੋ। ਸੋ ਦੇਖੋ ਕਈ ਵਾਰੀ ਏਦਾਂ ਹੁੰਦਾ ਕਿ ਮੈਂ ਨੋ ਡਾਊਟ ਇਹਨਾਂ ਨੂੰ ਜਦੋਂ ਮੈਂ ਬਣਾ ਰਿਹਾ ਸੀ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਉਹਨਾਂ ਨੇ ਕਿਹਾ ਕਿ ਬਣਾਉਣਾ ਹੈ, ਕਿੰਨੀ ਦੇਰ ਬਾਅਦ ਹੁਣ ਇਹ ਕਿਸੇ ਦਾ ਬਣਾਉਣਗੇ। ਨਾਜ਼ਿਮ ਕਿਸੇ ਘੈਂਟ ਉੱਥੇ ਉਹ ਵਾਲਾ ਦੇਖਦੇ ਕੋਈ ਆਪਣਾ ਦੋਸਤ ਦੱਸੋ ਬੰਬੇ ਵਾਲਾ ਜਿਹੜਾ ਮਤਲਬ ਮੈਂ ਸਾਰੇ ਹਰਾਮ ਖੋਰ ਨੇ, ਕੋਕਲਾ ਜੀ ਹੈ ਜੇ ਅਸੀਂ ਉਹਨਾਂ ਨੂੰ ਕਰੀਏ ਯਾਰ ਮੈਂ ਨਹੀਂ ਕਰ ਸਕਦਾ ਉਹਨਾਂ ਨੂੰ, ਆਪਾਂ ਜੀਆ ਮਾਨਿਕ ਨੂੰ ਕਰਦੇ, ਗੋਪੀ ਗੋਪੀ ਨੂੰ, ਗੋਪੀ ਬਾਬੂ ਨੂੰ ਕਰੋ ਨਾ, ਉਹ ਠੀਕ ਹੈ। ਸੋਚੋ ਕੀ ਕਰਨਾ, ਇੱਕ ਤਾਂ ਉਹੀ ਤੁਹਾਨੂੰ ਦੱਸਿਆ ਕੀ ਸੀਗਾ, ਦੱਸੋ ਆਓ, ਬਹੁਤ ਸਹੀ ਗੱਲ, ਉਹਨਾਂ ਨਾਲ ਕਰਦੇ ਆਂ ਐਗਜ਼ਾਮਪਲ, ਅਸੀਂ ਤਾਂ ਸ਼ਾਂਤ ਹੋ ਜਾਂਦਾ ਬੰਦਾ। ਚਲੋ ਵੀ ਆਓ ਫਿਰ ਮਲਾਓ ਗੋਪੀ ਬਾਬੂ ਨੂੰ ਫੋਨ, ਚੱਕ ਨੀ ਰਹੇ ਜਾਂ ਵੇਟ ਕਰੀਏ ਥੋੜੀ ਜਾਂ ਸ਼ੂਟ ਤੇ ਹੋ ਗਏ, ਤੁਹਾਨੂੰ ਕੋਈ ਆਈਡੀਆ ਹੈ? ਹਾਂ ਉਹ ਚੱਲ ਰਿਹਾ, ਸ਼ੂਟ ਚੱਲ ਰਿਹਾ, ਇੱਕ ਕੰਮ ਚਾਲੂ ਹੈ। ਅੱਛਾ ਰਾਜਪਾਲ ਯਾਦਵ ਦੇਵੁਲੀਨਾ ਨੂੰ ਕਰ ਲੁੱਟ ਰਹਾ ਹੈ, ਦੇਵੁਲੀਨਾ ਉਹ ਵੀ ਹੈ ਗਾਉਂ। ਓਕੇ ਇਸ ਤੋਂ ਬਾਅਦ ਸਰ ਨਾਟਕ ਵਗੈਰਾ ਜੋ ਵੀ ਤੁਹਾਨੂੰ ਪਹਿਲਾਂ ਕਦੇ ਦੇਖਿਆ ਨਹੀਂ ਸੀ, ਅਸੀਂ ਤੁਹਾਨੂੰ ਘੱਟ ਹੀ ਜਾਣਦੇ। ਜਾਣਦਾ ਤਾਂ ਮੈਂ ਵੀ ਨਹੀਂ ਤੈਨੂੰ ਨਾ ਭਰਾਵਾ,